शुरू करता ब्लॉग तो है नहीं सी चल बना लेने सही लिखे आएगा मैनिफेस्ट एक ट्रक नंबर गलत रज गए बह गए नेहा खा रही स्लो हीटर है ना खा करके नेहा मैं खा रही है स्लो हीटर है ना चलो फिर हम सवेरे आप जावे काम से ब्लॉग मैं उदे शुरू करता ब्लॉग तो है नहीं सी चल बना लेने कल आप इदे हम काम से चल जाना है फिर ब्लॉग उत्थे कंटिन्यू करांगे ये ब्लॉग वैसे शुरू किद्दां दा होया ना चलो कोई नहीं आप सामने देखो आगा इतने आए हैं द हैप्पी लैम हॉटपॉट अंदर बिल्डिंग सनसैट हो चलते हैं कितने घूमन सवेरे जाना काम से 6 बजे निकलना है काम से कितने जाना छोटा ट्रिप है सॉल्ट लेक सिटी जाना है ना ही झूठ तू जाना मैं तीज जाना है दसो मैनू गड्डी साड़ी उपर खड़ी आ लो जी साड़ी गड्डी धो गई धो देखो चमक दी है ना हूँ मौसम चेक करो ओ तारा नहीं ये तो चांद मामा है फार्ज लेक चेक करो वो है चंदा का मामा है भाजी वो है चंदा का मामा चंदा ओह चंदा का मामा नहीं हाँ जी हेज अपना लगी सुनते हो तुम इतने हम आप घूम घूमरो 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 करके नच सकते हो जेठा ला लेंगे जेठा ला लेंगे लो यही पूरा गेड़ा कड्डे हैं इहदा पीछे चलो चलिए हाँ तो मैं स्टेरिंग घुमा के चा पूरा कर रहे हैं गाड़ी का
ਭਾਈ ਪਤੰਗ ਉਡਾਉਣਾ ਅੱਜ ਹੀ ਵੇ ਆ ਗਏ ਅੱਜ ਹੀ ਪੀ ਰਹੇ ਆ ਫਲੂਦਾ ਨਹੀਂ ਫਲੂਦਾ ਨਹੀਂ ਰੱਬ ਫਲੂਦਾ ਪਤਾ ਨਹੀਂ ਮੈਂ ਕਿਹੜਾ ਵਰਡ ਨੂੰ ਕੀਤਾ ਪਾਲ ਫਲੂਦਾ ਇਹ ਆਪਣੇ ਸਾਲ ਦੱਸ ਦੇ ਕਿੱਦਾਂ ਸਿਗਾਲ ਗੁੱਡ ਮਾਰਨਿੰਗ ਵੈਲਕਮ ਬੈਕ ਅਸੀਂ ਆ ਗਏ ਵਾਪਿਸ ਸਵੇਰ ਦੇ ਵੱਜ ਗਏ 6:48 ਤੇ ਕੱਲ੍ਹ ਦਾ ਬਲੌਗ ਤਾਂ ਆਪਾਂ ਖਤਮ ਕੀਤਾ ਨਹੀਂ ਸੀ ਇਹਦੇ ਕਰਕੇ ਕਿਉਂਕਿ ਆਪਾਂ ਇੱਥੇ ਸ਼ੁਰੂ ਕਰਨਾ ਅਤੇ ਜੋ ਚਲੀਏ ਆਪਾਂ ਜਾਣਾ ਸੋਲਟ ਲੇਕ ਸਿਟੀ ਕੱਲ੍ਹ ਨੂੰ ਲਾ ਦੇਣਾ ਲੋਡ ਆਰਾਮ ਨਾਲ ਹੁਣ ਤਾਂ ਉਹਨਾਂ ਕੱਲ੍ਹ ਦੁਪਹਿਰ ਤੱਕ ਲੋਡ ਲਾ ਕੇ ਚੱਕ ਕੇ ਤਾਂ ਆਪਾਂ ਵਾਪਸੀ ਹੋਣੀ ਆ ਇਹ ਰਹੀ ਗਾੜੀ ਟਰੱਕ ਕੀ ਚਾਬੀ ਟੈਨਸ਼ਨਾਂ ਮੁੱਕ ਗਈਆਂ ਹੁਣ ਆਪਾਂ ਜਾਣਾ ਟਿਮ ਉੱਥੇ ਲੈਂਦੇ ਥੋੜ੍ਹਾ ਜਿਹਾ ਕੁਛ ਖਾਣ ਨੂੰ ਅਤੇ ਨਾਲ ਲਈਏ ਕੌਫੀ ਚਲੋ ਫਿਰ ਨਿਕਲੀਏ ਟ੍ਰੇਲਰ ਚੱਕੀਏ ਅਤੇ ਨਿਕਲਦੇ ਬਣੀਏ ਲੇਟ ਬਹੁਤ ਹੋਇਆ ਮੈਂ ਨੀਂਦ ਬਹੁਤ ਸੋਹਣੀ ਹੈ ਰਾਤੀ ਹੇਜ਼ਲ ਠੀਕ ਨਹੀਂ ਸੀਗੀ ਠੀਕ ਕਹਿਣ ਦਾ ਮਤਲਬ ਸੌਣ ਨਹੀਂ ਦੇ ਰਹੀ ਸੀਗੀ ਅਤੇ ਤਾਂ ਕਰਕੇ ਨੀਂਦ ਨਹੀਂ ਹੋਈ ਪੂਰੀ ਬਟ ਇਟਸ ਓਕੇ ਚੱਲ ਚਲੀਏ ਓਏ ਟ੍ਰੇਲਰ ਕਰ ਲਿਆ ਹੁੱਕ ਸ਼ੀਸ਼ਾ ਕਰ ਲਿਆ ਸਾਫ ਚਲੋ ਫਿਰ ਚਲੀਏ ਅੱਜ ਆਪਾਂ ਫਿਰ ਉੱਥੇ ਹੀ ਜਾਣਾ ਲੋਕ ਨਹੀਂ ਕੀਤਾ ਇੱਥੋਂ ਆਈਏ 8:30 ਮੀਲਾਂ ਮੇਰੇ ਨਾਲ ਪਹੁੰਚ ਜਾਣਾ ਆ ਲਾ ਕੇ ਅਤੇ ਨਜ਼ਾਰੇ ਲਵਾਂਗੇ ਚਲੋ ਫਿਰ ਤੁਰੀਏ ਬਾਰਡਰ ਵੱਲ ਚਲੀਏ ਹਾਂ ਡਿਊਟੀ ਵਗੈਰਾ ਹੋ ਗਈ ਮੈਨੂੰ ਕਾਫੀ ਟਾਈਮ ਹੋ ਗਿਆ ਇੱਥੇ ਆਏ ਨੂੰ ਮੈਟਰੀਅਲ ਦੇ ਟੂਲ ਹੁੱਕ ਕਰਕੇ ਇੰਸਪੈਕਸ਼ਨ ਕਰਕੇ ਅਤੇ ਹੁਣ ਆਪਾਂ ਚੱਲ ਪਏ ਹਾਂ ਮੰਜ਼ਿਲਾਂ ਵੱਲ ਟ੍ਰੈਫਿਕ ਦੇਖੋ ਅੱਜ ਗੱਡੀਆਂ ਦਾ ਕਿੰਨਾ ਲੱਗਾ ਆ ਅੱਬਾ ਘੱਟ ਘੱਟ ਨਹੀਂ ਇੱਥੋਂ 2-1 ਮਾਈਲ ਦਾ ਰੋਡ ਆ ਇਹ ਪੂਰਾ ਇੱਥੇ ਤੱਕ ਟ੍ਰੈਫਿਕ ਲੱਗਾ ਪਰ ਆਪਾਂ ਟਰੱਕ ਰੂਟ ਲੈਣਾ ਇਹ ਕਾਰ ਰੂਟ ਆ ਜਿਹੜਾ ਸਿੱਧਾ ਆ ਦੇਖਦੇ ਹਾਂ ਉੱਧਰਲੀ ਸਾਈਡ ਕੀ ਹਾਲ ਆ ਭਰਿਆ ਹੀ ਪਿਆ ਆ ਇੰਨੀਆਂ ਗੱਡੀਆਂ ਮੈਂ ਵਿਹਲੀ ਵਾਰੀ ਇੱਥੇ ਤੱਕ ਦੇਖੀਆਂ ਸ਼ੀਸ਼ਾ ਥੋੜ੍ਹਾ ਜਿਹਾ ਸਾਫ਼ ਹੋਣਾ ਮੈਂ ਕੀਤਾ ਤਾਂ ਧੱਕੇ ਨਾਲ ਹੀ ਕੀਤਾ ਸਾਫ਼ ਤੋਂ ਬ੍ਰਿਜ ਤਾਂ ਦਿਖਦੀਆਂ ਕਿੰਨੀਆਂ ਗੱਡੀਆਂ ਕਿੰਨਾ ਟ੍ਰੈਫਿਕ ਆ ਚੈੱਕ ਕਰੋ ਕਿੰਨੇ ਲੋਕ ਅਮਰੀਕਾ ਕੋ ਜਾ ਰਹੇ ਹੈ ਇਹ ਗੱਡੀਆਂ ਵਾਲੇ ਟ੍ਰੈਫਿਕ ਆ ਟਰੱਕ ਵਾਲਾ ਤਾਂ ਜਿੰਦਾ ਨਹੀਂ ਬਾਕੀ ਉੱਥੇ ਜਾ ਕੇ ਪਤਾ ਲੱਗੂਗਾ ਵੇਟ ਕਰ ਹੀ ਲੈਂਦੇ ਆ ਯਾਰ ਮੋਟਾ ਮੋਟਾ ਡਰ ਜਿਹਾ ਨਿਕਲ ਜਾਂਦਾ ਫਿਰ ਟੈਨਸ਼ਨ ਨਹੀਂ ਰਹਿੰਦੀ ਕੋਈ 5320 ਕੋ ਮੈਂ ਮੋਹਰੇ ਫਿਰ ਕੋਈ ਟੈਨਸ਼ਨ ਨਹੀਂ 5360 14,000-15,000 ਦੇ ਅੰਡਰ ਹੀ ਹੋਵੇ 12,800 ਤੇਲ ਪਾਉਣਾ ਹੋ ਜਾਣਾ ਸੈੱਟ ਬਾਰ ਠੀਕ ਆ ਹਾਂਜੀ ਬਾਰਡਰ ਟੱਪ ਲਿਆ ਆਪਾਂ ਮੇਰਾ ਨਿੱਕਾ ਜਿਹਾ ਚੱਕਰ ਪੈ ਗਿਆ ਸੀਗਾ ਮੈਂ ਧਿਆਨ ਨਹੀਂ ਮਾਰਿਆ ਮੇਰਾ ਮੈਨੀਫੈਸਟ ਤੇ ਨਾ ਟਰੱਕ ਨੰਬਰ ਗਲਤ ਲਿਖਿਆ ਸੀਗਾ ਮੇਰਾ ਨਾਂ ਸਹੀ ਲਿਖਿਆ ਸੀਗਾ ਮੈਨੀਫੈਸਟ ਤੇ ਇੱਕ ਟਰੱਕ ਨੰਬਰ ਗਲਤ ਸੀਗਾ ਇੱਕ ਆਪਣਾ ਮਤਲਬ ਯੂਨਿਟ ਨੰਬਰ ਵੀ ਗਲਤ ਸੀਗਾ ਦੇਖਿਆ ਜਦੋਂ ਉਹਨੂੰ ਮੈਂ ਨਾਲ ਹੀ ਦੱਸਦਾ ਨਾ ਮੈਂ ਕਿਹਾ ਇੱਦਾਂ ਇੱਦਾਂ ਹੋ ਗਈ ਆ ਮੇਰੇ ਟਰੱਕ ਦਾ ਨੰਬਰ ਵੀ ਸੇਮ ਮੇਰੇ ਜਿੱਦਾਂ 7390P ਆ ਉਹ ਟਰੱਕ ਦਾ ਨੰਬਰ ਹੈਗਾ 7392P ਹੈ ਨਾ ਤੇ ਉਹਨੂੰ ਮੈਂ ਦੱਸਿਆ ਮੈਂ ਕਿਹਾ ਮੈਨੂੰ ਮੈਂ ਕਿਹਾ ਟਰੱਕ ਨੰਬਰ ਦਾ ਭੁਲੇਖਾ ਪੈ ਗਿਆ ਮੈਂ ਇਟਸ ਸਿਮੀਲਰ ਨੰਬਰ ਆ ਤੇ ਮੈਂ ਕਿਹਾ ਮੇਰਾ 7390 ਆ ਉਹ ਵਾਲਾ ਆਹ ਵਾਲਾ ਆ ਉਹਨੇ 2 ਮਿੰਟ ਲਾਏ ਉਹਨੂੰ ਕਰਤਾ ਕਲੀਅਰ ਮੈਨੂੰ ਤਾਂ ਲੱਗਿਆ ਬਾਹਰ ਕੱਢੀ ਪਰ ਉਹਨੇ ਮਤਲਬ ਆਇਲ ਦੇ ਵਿੱਚ ਹੀ ਰੋਕ ਲਿਆ ਉੱਥੇ ਹੀ ਉਹਨੇ ਮੈਨੂੰ ਕਿਹਾ 8-9 ਮਿੰਟ ਲਾ ਤੇ ਕਰਤੇ ਪਰ ਵਿਹਲੇ ਹੋ ਗਏ ਬਾਰਡਰ ਟੱਪ ਗਿਆ ਹੁਣ ਆਪਾਂ ਨੂੰ ਟੈਂਸ਼ਨ ਨਹੀਂ ਹੈ ਬਈ ਇੱਥੋਂ ਮੀਲਾਂ ਹੈਗੀਆਂ ਆ 792 ਜਿੱਥੇ ਆਪਾਂ ਜਾਣਾ ਆ 792 ਥੋੜ੍ਹੀ ਜ਼ਿਆਦਾ 800 ਗਿਆ 800 ਕੁਛ ਆ ਅਤੇ ਚਲੋ ਫਿਰ ਚਲੀਏ ਕੱਲ੍ਹ ਨੂੰ ਹੁਣ ਜਾ ਚਲਾਊਂਗਾ ਸਾਰੀ ਰਾਤ ਦਿਨ ਅਜੇ ਬੱਚੇ ਆ 8 ਇੱਥੋਂ ਚਲਾਊਂਗਾ ਸੌਂਗਾ ਫਿਰ ਸਵੇਰੇ 6 ਵਜੇ ਬੁੱਕ ਆਪਣੀ ਚੱਲ ਪੈਣੀ ਆ ਅਤੇ 6 ਵਜੇ ਉੱਥੇ 9 ਵਜੇ ਉਹ 8 ਵਜੇ ਖੁੱਲ੍ਹਦੇ ਆ ਸਾਡੇ
8 ਵਜੇ ਉੱਥੇ ਪਹੁੰਚ ਜਾਣਾ ਆਰਾਮ ਨਾਲ, ਲੋਡ ਲਾ ਕੇ ਲੋਡ ਚੱਕ ਕੇ ਤੇ ਆਪਣੀ ਵਾਪਸੀ ਕਰਨ, ਕਿਉਂਕਿ ਅੱਧੀ ਸ਼ਿਫਟ ਪਿੱਛੇ ਲੱਗ ਜਾਣੀ, ਇੱਕ ਸਕਿੱਪ ਆਉਂਦਾ ਫਿਰ ਆਪਣਾ ਘਰ ਪਹੁੰਚ ਜਾਣਾ। ਸੈਟ ਅਪ ਪਲਾਨ ਆਪਣਾ ਸੈਟ ਅਪ ਹੋ ਗਿਆ। ਚਲੋ ਫਿਰ ਹੁਣ ਰੇਂਜ ਸੈੱਟ ਕਰੀਏ, ਕਿਉਂਕਿ ਰੇਂਜਾਂ ਚੱਲ ਜਾਂਦੀਆਂ ਇੱਥੇ ਆ ਕੇ। ਹੁਣ AT&T ਚਲਾਉਣਾ ਪੈਣਾ ਆਪਾਂ ਨੂੰ ਪਹਿਲ ਉੱਤੇ, ਜਿਹੜਾ ਮੇਰਾ ਆਈਪੈਡ ਆ ਉੱਥੇ ਤਾਂ ਚੱਲ ਦੂਜੇ ਚੱਲਦਾ ਰਹਿੰਦਾ, ਮੇਰਾ ਟੁੱਟ ਗਿਆ ਆਈਪੈਡ। ਅੱਛਾ ਸਕਰੀਨ ਗਾਰਡ ਟੁੱਟਾ ਆਈਪੈਡ ਦਾ, ਮੈਂ ਕਰੇ ਆਈਪੈਡ ਟੁੱਟ ਗਿਆ, ਇਹ ਕਿੱਦਾਂ ਟੁੱਟ ਗਿਆ ਯਾਰ, ਇਹ ਤਾਂ ਗਿਰਿਆ ਵੀ ਨਹੀਂ ਕਿਤੇ। ਚਲੋ ਬਾਈ। ਆਪਾਂ ਰੁਕੇ ਸੀਗੇ, ਮੈਂ ਕਿਹਾ ਚੱਲ ਵਿਊ ਪੁਆਇੰਟ ਅੱਜ ਤੁਹਾਨੂੰ ਦਿਖਾ ਦਈਏ। ਉਦੋਂ ਤਾਂ ਆਪਣਾ ਇੱਥੇ ਟਰੱਕ ਨਹੀਂ ਸਟਾਰਟ ਹੋਇਆ ਸੀਗਾ, ਤਾਂ ਕਰਕੇ ਦਿਖਾ ਨਹੀਂ ਹੋਇਆ, ਜਦੋਂ ਦਿਖਾਉਂਦੇ ਹਾਂ। ਘਰੋਂ ਇਹਦੀ ਬ੍ਰਿਜ ਦੀ ਉਦਣ ਆਪਾਂ ਗੱਲ ਕਰਦੇ ਸੀਗੇ, ਕਿੰਨਾ ਘੈਂਟ ਆ ਵਿਊ ਯਾਰ, ਕਿ ਬੜਾ ਹੀ ਵਧੀਆ ਆਇਆ ਤਾਂ। ਕੋਈ ਨਹੀਂ, ਕਿੰਨਾ ਘੈਂਟ ਲੱਗਦਾ ਟਰੱਕ ਤੁਰ ਕੇ ਆ ਗਿਆ ਪਰ ਹਵਾ ਸਹੀ ਚੱਲਦੀ ਆ। ਉਹ ਆ ਦੂਜਾ ਗਰਮੀ ਆ, ਬਸ ਧੁੱਪ ਚੁੱਭਦੀ ਆ, ਹਵਾ ਠੰਡੀ, ਮਤਲਬ ਨਾ ਗਰਮ ਆ ਨਾ ਠੰਡੀ ਆ। ਮੈਂ ਕੱਢਦਾ ਪਿਆ ਸੀਗਾ ਬ੍ਰੇਕ, ਮੈਂ ਕਿਹਾ ਵੀਡੀਓ ਐਡਿਟ ਕਰ ਲੈਂਦਾ, ਮੈਂ ਚਾਦਰ ਵੀ ਨਹੀਂ ਵਿਛਾਈ ਅਜੇ, ਹੁਣ ਵਿਛਾਉਂਦਾ ਜੋ ਆਰਾਮ ਸੌਂਗਾ। ਨੀਂਦ ਇੰਨੀ ਆਈ ਆ ਨਾ, ਇੱਥੋਂ AC ਇੰਨਾ ਠੰਡਾ ਹੋਇਆ ਪਿਆ, ਦਿਲ ਕਰਦਾ ਇੱਦਾਂ ਹੀ ਸੋ ਜਾਵਾਂ, ਪਰ ਨਹੀਂ ਆਪਾਂ ਅੱਗੇ ਜਾ ਕੇ ਸੋਵਾਂਗੇ। ਫਿਰ ਉੱਥੋਂ ਘੰਟਾ ਕੀ ਚਲਾਉਣਾ ਪਊਗਾ, ਫਿਰ ਕੱਲ੍ਹ ਲੋਡ ਚੱਕ ਲਾ ਕੇ ਨਾਲ ਹੀ ਚੱਕ ਹੋ ਜਾਊਗਾ। ਅਤੇ ਚਲੋ ਜਿੰਨੀ ਕੁ ਵੀਡੀਓ ਐਡਿਟ ਹੁੰਦੀ ਕਰਦੇ ਹਾਂ, ਅੱਜ ਤਾਂ ਨਹੀਂ ਪੈਣੀ, ਕੱਲ੍ਹ ਪਾਵਾਂਗੇ। ਹੁਣ ਕਿਹੜਾ, ਹੁਣ ਪੈਸੇ ਵੀਊ ਬਹੁਤ ਘੱਟ ਆ ਰਹੇ, ਚਲੋ ਕੋਈ ਗੱਲ ਨਹੀਂ, ਹੌਲੀ ਹੌਲੀ ਹੋ ਜੂਗੇ ਸੈੱਟ। ਪੰਜਾਬ 'ਚ ਜੋ ਕੁਛ ਹੋ ਰਿਹਾ ਪਹਿਲਾਂ ਉਹ ਸੈੱਟ ਹੋ ਜਾਵੇ, ਬਾਬਾ ਜੀ ਮਿਹਰ ਰੱਖਣ। ਚਲੋ ਚਲੀਏ, ਬ੍ਰੇਕ ਹੋ ਗਈ ਆਪਣੀ ਪੂਰੀ, ਵੀਡੀਓ ਨਹੀਂ ਐਡਿਟ ਹੋਈ, ਵੀਡੀਓ ਤਾਂ ਅਜੇ ਪਈ ਆ ਬਹੁਤ ਸਾਰੀ। ਦੇਖੋ 29 ਮਿੰਟ ਹੋ ਗਏ ਆ, ਚਲੋ ਨਿਕਲਦੇ ਹਾਂ ਆਪਾਂ, ਨੀਂਦ ਬੜੀ ਉੱਥੇ। ਇੱਥੋਂ ਹੁਣ ਹੋਰ ਘੰਟੇ ਦੀ ਡਰਾਈਵ ਆ, ਜਾ ਕੇ ਉੱਥੇ ਲੈਂਦੇ ਹਾਂ ਕੌਫੀ। ਅੱਗੇ ਦਾ ਨਜ਼ਾਰਾ ਦੇਖੋ, ਇਹਨੂੰ ਕਿਹਾ। ਅੱਛਾ ਮੇਰਾ ਟਰੱਕ ਹੀ ਨਹੀਂ ਤੁਰਿਆ, ਇਹਨੂੰ ਕਿਹਾ। ਅੱਛਾ ਚੜ੍ਹਾਈ ਆ ਇੱਥੇ ਤਾਂ ਕਰਕੇ। ਚੈੱਕ ਕਰੋ ਵਿਊ ਕਿੰਨਾ ਸੋਹਣਾ ਆ, ਸਨਸੈੱਟ ਹੋ ਗਿਆ ਆ ਅਤੇ ਆਪਾਂ ਜਾਈ ਜਾਂਦੇ ਹਾਂ। ਰਹਿ ਗਈ ਆਪਣੀ ਇੱਥੋਂ 3 ਘੰਟਿਆਂ ਦੀ ਡਰਾਈਵ ਰਹਿ ਗਈ ਆ, ਆਪਣੀ ਇੱਥੋਂ 3 ਘੰਟਿਆਂ ਦੀ ਡਰਾਈਵ ਰਹਿ ਗਈ ਆ, ਜਿੱਥੇ ਪਹੁੰਚਣਾ ਆ ਆਪਾਂ ਪਹੁੰਚ ਜਾਣਾ ਰਾਤੀ 11 ਵਜੇ, ਆਰਾਮ ਨਾਲ ਜਾ ਕੇ ਉੱਥੇ ਸੋਵਾਂਗੇ। ਕਿੰਨਾ ਸੋਹਣਾ ਲੱਗਦਾ ਨਾ ਉਹ ਸਾਹਮਣੇ ਪਹਾੜਾਂ, ਦੇਖੋ ਕਿੰਨੀ ਵਧੀਆ ਧੁੱਪ ਪੈ ਰਹੀ ਆ, ਇੱਧਰ ਸਨਸੈੱਟ ਹੋਇਆ ਬਹੁਤ ਸੋਹਣਾ। ਆਪਾਂ ਰੁਕੇ ਸੀਗੇ ਉੱਦਾਂ ਹੀ, ਮੇਰੀ ਬ੍ਰੇਕ, ਮੈਂ ਕੱਲ੍ਹ ਰੁਕ ਜਾਂਦੇ ਹਾਂ, ਕੀ ਕਰਨਾ ਜਾ ਕੇ ਉੱਧਰ, ਬਹੁਤ ਘੈਂਟ ਹੋਇਆ ਪਿਆ ਆ। ਚਲੋ ਵਿੱਚ ਚਲੀਏ, ਰੁਕ ਲਿਆ ਬਥੇਰੇ ਦੇਰ, ਉਹ ਦਰਵਾਜ਼ਾ ਖੁੱਲ੍ਹਾ ਹੀ ਰਹਿ ਗਿਆ, ਨਜ਼ਾਰੇਦਾਰ ਸੀਗਾ, ਮਜ਼ਾ ਆਇਆ ਰੁਕਣ 'ਚ, ਉੱਥੇ ਵਧੀਆ ਸੀਗਾ, ਹਵਾ ਬਹੁਤ ਸੋਹਣੀ ਚੱਲਦੀ ਆ, ਉਹ ਚੈੱਕ ਕਰੋ ਕਿਆ ਮੌਸਮ ਹੋਇਆ। ਆਪਾਂ ਹੈਗੇ ਆਈਡਾਹੋ 'ਚ ਆ, ਆਪਾਂ ਬਹੁਤ ਘੈਂਟ ਆ। ਫੋਰ ਲਿਬੜਿਆ ਬਹੁਤ ਆ ਟਰੱਕ ਯਾਰ, ਸੱਚੀ ਸੋਹਣਾ ਹੀ ਲੱਗੀ ਜਾਂਦਾ ਆ, ਕਿੰਨਾ ਘੈਂਟ ਲੱਗ ਰਿਹਾ ਆ। ਪਹੁੰਚ ਗਏ ਆ ਜਿੱਥੇ ਲੋਡ ਲਾਉਣਾ ਆ, ਹੁਣੀ ਪਹੁੰਚਿਆ, ਇੱਥੋਂ ਘੰਟੇ ਦੀ ਡਰਾਈਵ ਸੀਗੀ ਜਿੱਥੇ ਮੈਂ ਸੋ ਗਿਆ ਸੀ, ਹੁਣ ਅੱਗੇ ਗਾਂਹ ਘੰਟੇ ਦੀ ਡਰਾਈਵ ਆ, ਆਪਾਂ ਸੋਲਟ ਲੇਕ ਸਿਟੀ ਜਾਣਾ ਸਫੋਰਾ ਤੋਂ ਲੋਡ ਚੱਕਣਾ ਆ। ਡੋਕ ਮਿਲ ਗਈ ਆ, ਮੈਂ ਅੰਦਰ ਆ ਕੇ ਬਹਿ ਗਿਆ ਆ, ਨੀਂਦ ਆਪਣੀ ਪੂਰੀ ਆ ਕਿਉਂਕਿ ਰਾਤੀ ਸੋ ਗਿਆ ਸੀਗਾ, ਉਹ ਜਿੱਥੇ ਦੇਖਿਆ ਡਰੋਨ ਲੜਾਈ ਉੱਥੇ ਸੋ ਗਿਆ ਸੀਗਾ ਮੈਂ, ਤੜਕੇ ਉੱਠ ਕੇ ਤੁਰ ਪਿਆ।
ਤੇ ਚਲੋ ਹੁਣ ਮੇਰੀ ਨਾ ਵੀਡੀਓ ਬਾੜੀ ਜੀ ਰਹਿੰਦੀ ਆ ਉਹ ਐਂਡ ਕਰਕੇ ਤੇ ਆਪਾਂ ਵਿਹਲੇ ਹੋਈਏ ਸੋ ਮੇਰੇ ਦਿਲ ਤਾਂ ਫੇਰ ਕਰਦਾ ਸੋ ਜਾ ਚਲੋ ਉਸੇ ਨਾਲ ਆ ਵਾਲੀ ਆਪਾਂ ਵੀਡੀਓ ਇੱਥੇ ਐਂਡ ਕਰਦੇ ਹਾਂ ਜੇਕਰ ਜੇ ਵਧੀਆ ਲੱਗਾ ਲਾਈਕ ਕਰ ਦਿਓ ਕਮੈਂਟ ਕਰ ਦਿਓ ਸਬਸਕ੍ਰਾਈਬ ਕਰ ਦਿਓ ਬਾਏ ਬਾਏ।